ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪਿਛਲੇ ਕਈ ਦਿਨਾਂ ਤੋਂ ਯੂਥ ਕਾਂਗਰਸ ਦੇ ਆਗੂ ਆਪਣੇ ਹੱਕ ਵਿੱਚ ਚੋਣ ਪ੍ਰਚਾਰ ਲਈ ਡਟੇ ਹੋਏ ਸਨ। ਜੇਕਰ ਜ਼ਿਲ੍ਹਾ ਕਪੂਰਥਲਾ ਦੀ ਗੱਲ ਕਰੀਏ ਤਾਂ ਹਲਕਾ ਕਪੂਰਥਲਾ, ਭੁਲੱਥ ਤੇ ਸੁਲਤਾਨਪੁਰ ਲੋਧੀ ਵਿਖੇ ਵੋਟਾਂ ਪੈ ਚੁੱਕੀਆਂ ਹਨ ਅਤੇ ਅੱਜ ਆਖਰੀ ਗੇੜ ਵਿੱਚ ਹਲਕਾ ਫਗਵਾੜਾ ਵਿਖੇ ਯੂਥ ਕਾਂਗਰਸ ਦੀ ਪ੍ਰਧਾਨਗੀ ਲਈ ਚੋਣ ਪ੍ਰਕਿਰਿਆ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਵੇਖਣ ਨੂੰ ਮਿਲਿਆ ਹੈ ਕਿ ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਕਿ ਕੋਈ ਸ਼ਰਾਰਤੀ ਅਨਸਰ ਹੁੱਲੜਬਾਜ਼ੀ ਨਾ ਕਰ ਸਕੇ। ਦੱਸ ਦਈਏ ਕਿ ਜ਼ਿਲ੍ਹਾ ਕਪੂਰਥਲਾ ਦੀ ਪ੍ਰਧਾਨਗੀ ਦੀ ਦੌੜ ਵਿੱਚ ਸੌਰਵ ਖੁੱਲਰ ਅਤੇ ਹਰਜੀ ਮਾਨ ਚੋਣ ਲੜ ਰਹੇ ਹਨ। ਹਲਕਾ ਫਗਵਾੜਾ ਤੋਂ ਪ੍ਰਧਾਨਗੀ ਲਈ ਚੋਣ ਲੜ ਰਹੇ ਕਰਮਦੀਪ ਸਿੰਘ ਕੰਮਾ ਨੇ ਯੂਥ ਆਗੂਆਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕੀਤੀ। ਹਾਲਾਂਕਿ ਸਾਫ਼ ਸੁਥਰੀ ਛਵੀ ਹੋਣ ਕਾਰਨ ਕਰਮਦੀਪ ਕੰਮਾ ਇੱਕ ਤਰਫਾ ਚੋਣ ਜਿੱਤ ਚੁੱਕੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮੂਹ ਸ਼ਹਿਰ ਦੇ ਯੂਥ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ 6 ਤਰੀਕ ਨੂੰ ਵਾਲੇ ਰੈਸ ਹਾਊਸ ਕਲੱਬ ਵਿੱਚ ਯੂਥ ਕਾਂਗਰਸ ਦੀ ਇਲੈਕਸ਼ਨਾਂ ਦੀ ਪੋਲਿੰਗ ਹੋ ਰਹੀ ਹੈ ਜੀ। ਮੈਂ ਸਾਰੇ ਸ਼ਹਿਰ ਦੇ ਯੂਥ ਨੂੰ ਬੇਨਤੀ ਕਰਦਾ ਕਿ ਵੱਧ ਚੜ ਕੇ ਆ ਕੇ ਪੋਲਿੰਗ ਵਿੱਚ ਆਪਣਾ ਹਿੱਸਾ ਪਾਓ ਤੇ ਮੈਂ ਕਰਮਜੀਤ ਸਿੰਘ ਕੰਮਾ ਫੁਆੜੇ ਅਸੈਂਬਲੀ ਇਲੈਕਸ਼ਨ ਲੜ ਰਿਹਾ। ਮੇਰੇ ਚੋਣ ਨਿਸ਼ਾਨ ਜਹਾਜ਼ ਪਹਿਲਾਂ ਤੇ ਉਸ ਨੂੰ ਵੋਟ ਪਾ ਕੇ ਕਾਮਯਾਬ ਕਰੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਿਲ੍ਹਾ ਕਪੂਰਥਲਾ ਦੀ ਪ੍ਰਧਾਨਗੀ ਦੀ ਚੋਣ ਲੜ ਰਹੇ ਹਰਨੂਰ ਸਿੰਘ ਮਾਨ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸ਼ਾਂਤੀਪੂਰਵਕ ਤਰੀਕੇ ਨਾਲ ਵੱਧ ਤੋਂ ਵੱਧ ਵੋਟਾਂ ਪਾਉਣ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ 6 ਦਸੰਬਰ ਜੋ ਕਿ ਫਗਵਾੜੇ ਦੀ ਪੋਲਿੰਗ ਦਾ ਡੇ ਹੈ ਦਿਨ ਆ, ਤੇ ਮੈਂ ਸਾਰੇ ਭਰਾਵਾਂ ਨੂੰ ਜਿਨ੍ਹਾਂ ਨੇ ਵੋਟਰ ਨੇ ਮੇਰੇ ਜਿਨ੍ਹਾਂ ਦੀਆਂ ਲਿਸਟਾਂ ਬਣ ਕੇ ਆਈਆਂ ਨਾਮ ਆਏ ਨੇ, ਉਹਨਾਂ ਨੂੰ ਬੇਨਤੀ ਕਰਦਾ ਸ਼ਾਂਤੀਮਈ ਪੂਰਨ ਤਰੀਕੇ ਨਾਲ ਆਪਾਂ ਫਰ ਨੇ ਰਲ ਕੇ ਇੱਥੇ ਪੋਲਿੰਗ ਕਰਾਉਣੀ ਆ ਤੇ ਇੱਕ ਇੱਕ ਵੋਟ ਮੈਨੂੰ ਪਾ ਕੇ ਆਪਣੀ ਕਾਮਯਾਬ ਬਣਾਓ। ਵਾਹਿਗੁਰੂ ਸਾਹਿਬ ਤੋਂ ਵਾਹਿਗੁਰੂ ਬਹੁਤ ਬਹੁਤ। ਇਸ ਇਲੈਕਸ਼ਨ ਨੂੰ ਲੈ ਕੇ ਨੌਜਵਾਨਾਂ ਵਿੱਚ ਵੀ ਵੱਡਾ ਉਤਸ਼ਾਹ ਪਾਇਆ ਗਿਆ ਅਤੇ ਉਹਨਾਂ ਹਰਜੀ ਮਾਨ ਦੇ ਹੱਕ ਵਿੱਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਸੰਘਾ ਆਪ ਜੀ ਸਾਰੇ ਯੂਥ ਨੂੰ ਅਪੀਲ ਕਰਦਾ ਹਾਂ। ਅੱਜ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਯੂਥ ਦਾ ਇਲੈਕਸ਼ਨ ਹੋ ਰਿਹਾ ਹੈ, ਮੇਰਾ ਵੀਰ ਹਰਜੀ ਮਾਨ ਹਰਨੂਰ ਸਿੰਘ ਮਾਨ ਡਿਸਟ੍ਰਿਕਟ ਕਪੂਰਥਲਾ ਤੋਂ ਪ੍ਰਧਾਨਗੀ ਦੀ ਚੋਣ ਲੜ ਰਿਹਾ ਹੈ। ਸਾਰੇ ਹੀ ਵੀਰਾਂ ਨੂੰ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਚੜ੍ਹ ਕੇ ਉਹਨੂੰ ਵੋਟਾਂ ਪਾਓ ਅਤੇ ਮੇਰੇ ਵੀਰ ਨੂੰ ਕਾਮਯਾਬ ਬਣਾਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਆਸ਼ੂਤੋਸ਼ ਭਾਰਦਵਾਜ। ਤੁਹਾਨੂੰ ਸਾਰੇ ਸ਼ਹਿਰ ਵਾਸੀਆਂ ਨੂੰ, ਯੂਥ ਨੂੰ ਸਾਰਿਆਂ ਨੂੰ ਇੱਕ ਰਿਕੁਐਸਟ ਕਰਨੀ ਚਾਹੁੰਦਾ ਕਿ ਅੱਜ 6 ਤਰੀਕ ਨੂੰ ਜੋ ਕਿ ਯੂਥ ਕਾਂਗਰਸ, ਜ਼ਿਲ੍ਹਾ ਯੂਥ ਕਾਂਗਰਸ ਦੀ ਪ੍ਰਧਾਨਗੀ ਦੇ ਇਲੈਕਸ਼ਨ ਹੋ ਰਹੇ ਆ ਸ਼ਹਿਰ ਦੇ ਵਿੱਚ, ਸਾਰੇ ਯੂਥ ਨੂੰ ਹੱਥ ਜੋੜ ਕੇ ਬੇਨਤੀ ਹੈ ਸਿਟੀ ਕਲੱਬ ਦੇ ਵਿੱਚ ਆਪਣੀ ਵੋਟ ਆ ਕੇ ਕਾਸਟ ਕਰੋ। ਸਾਡੇ ਵੀਰ ਹਰਨੂਰ ਸਿੰਘ ਮਾਨ ਨੂੰ ਵੱਧ ਤੋਂ ਵੱਧ ਸਪੋਰਟ ਕਰਕੇ ਉਹਨੂੰ ਜਿਤਾਓ, ਜਿਹੜਾ ਕਿ ਉਹ ਯੂਥ ਨੂੰ ਚੰਗੀ ਦਿਸ਼ਾ ਦੇ ਸਕੇ। ਸਾਰਿਆਂ ਦਾ, ਆਪ ਸਾਰੇ ਯੂਥ ਦਾ ਹੱਥ ਜੋੜ ਕੇ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸਾਡਾ ਬਹੁਤ ਵੱਧ ਚੜ੍ਹ ਕੇ ਸਾਥ ਦਿੱਤਾ ਅਤੇ ਮੈਂ ਉਮੀਦ ਕਰਦਾ ਕਿ ਅੱਜ ਵੀ ਤੁਸੀਂ ਸਾਡੇ ਭਰਾ ਦਾ, ਹਰਨੂਰ ਸਿੰਘ ਮਾਨ ਦਾ ਵੱਧ ਚੜ੍ਹ ਕੇ ਸਾਥ ਦਊਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਪ੍ਰੀਤ ਸਿੰਘ, ਫਗਵਾੜੇ ਵਿੱਚ ਵੋਟਾਂ ਹੋ ਰਹੀਆਂ ਨੇ ਯੂਥ ਦੀਆਂ, ਅਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆ ਕੇ ਵੋਟ ਪਾਉਣ ਅਤੇ ਮੇਰੇ ਵੀਰ ਕਰਮਦੀਪ ਸਿੰਘ ਕੰਮੇ ਨੂੰ ਅਤੇ ਹੱਕ ਵਿੱਚ ਵੋਟਾਂ ਪਾ ਕੇ ਉਹਨੂੰ ਜਿਤਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਪਕ ਸ਼ਰਮਾ, ਅੱਜ ਫਗਵਾੜੇ ਵਿੱਚ 6 ਦਸੰਬਰ ਯੂਥ ਕਾਂਗਰਸ ਦੀ ਇਲੈਕਸ਼ਨ ਹੋ ਰਹੀ ਆ, ਉਹਦੇ ਵਿੱਚ ਸਾਡੇ ਹਰਮਨ ਪਿਆਰੇ ਹਰਜੀ ਮਾਨ ਜੀ ਜੋ ਵੱਡੇ ਵੀਰ ਨੇ ਉਹ ਖਲੋਤੇ ਨੇ। ਆਪਾਂ ਸਾਰੇ ਯੂਥ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਕਿ ਮੇਰੇ ਵੀਰ ਦੀ ਵੱਧ ਤੋਂ ਵੱਧ ਵੋਟ ਪਾ ਕੇ ਸਪੋਰਟ ਕਰਨ, ਇਹਨਾਂ ਨੂੰ ਕਾਮਯਾਬ ਕਰੋ। ਜੈ ਹਿੰਦ। ਹਾਂਜੀ ਸਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮੁਕੇਸ਼ ਕੁਮਾਰ, ਕੈਂਡੀਡੇਟ ਯੂਥ ਕਾਂਗਰਸ ਫਰੋਮ ਫਗਵਾੜਾ। ਅੱਜ ਮੇਰੇ ਵੀਰ, ਵੱਡੇ ਵੀਰ ਹਰਜੀ ਮਾਨ ਜੀ ਇੱਥੋਂ ਯੂਥ ਕਾਂਗਰਸ ਦੀ ਵੋਟਾਂ ਲਈ ਖੜ੍ਹੇ ਹੋਏ ਨੇ। ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਵੱਧ ਤੋਂ ਵੱਧ ਵੋਟਿੰਗ ਕਰਨ ਤਾਂ ਜੋ ਅਸੀਂ ਯੂਥ ਨਾਲ ਰਲ ਕੇ ਆਉਣ ਵਾਲੇ ਸਮੇਂ ਨੂੰ ਵਧੀਆ ਬਣਾ ਸਕੀਏ ਅਤੇ ਨਸ਼ਿਆਂ ਰੋਕਥਾਮ ਕਰ ਸਕੀਏ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਦੂਜੇ ਪਾਸੇ ਐਸਪੀ ਫਗਵਾੜਾ ਨੇ ਕਿਹਾ ਹੈ ਕਿ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਚੋਣ ਹੋ ਰਹੀ ਹੈ। ਪੀਪਲ ਚੱਲ ਰਹੇ ਨੇ ਇਲੈਕਸ਼ਨ ਔਰ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।